रौला केड़ी गल दा गल ते गुस्सा कर जाने कल सही तुसी ता बकायदा ही अज ना आए करी जाने कुड़ी ने मेरी टॉफी खोली सी फिर मैं रैप दी ओ चीची ते छल्ला बना के पाउणा सी पब्लिक पीन विच तुसी नंबर 3 कॉलर लाइन ते हो तुसी नंबर 3 कॉलर लाइन ते हो हां जी हां जी सत श्री अकाल जी जी बोलो जी जल्दी कर 30 सेकंड दे रहा आप जी ने मैं हां जी ਗੁਰਪਾਲ ਭਾਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਤੁਸੀਂ ਪੜ੍ਹੇ ਕਿੰਨਾ ਆ ਜਸਪਾਲ ਯਾਰ ਜਸਪਾਲ ਵੀਰੇ ਤੁਸੀਂ ਪੜ੍ਹੇ ਕਿੰਨਾ ਜੀ ਭਾਜੀ ਜੇ ਤੂੰ ਨਾ 10 12 ਪੜ੍ਹਿਆ ਮੇਰਾ ਭਰਾ ਮਾੜੀ ਜੀ ਅਗਰ ਨੂੰ ਹੱਥ ਮਾਰੀ ਦੀ ਹੁੰਦੀ ਮੇਰਾ ਭਰਾ ਕੁੜੀ ਦੇਖ ਯਾਰ ਤੈਨੂੰ ਸਪਾਂਸਰ ਪਾਉਣ ਲਈ ਤੈਨੂੰ ਸਾਰਾ ਕੁਝ ਕਰ ਰੰਡਈ जसवीर परिवार एक सेकंड जसवीर ਤੁਸੀਂ ਜਦੋਂ ਰਿਫਿਊਜ ਹੋ ਗਏ ਉਹਦੇ ਨਾਲ ਨਾ ਸਹੀ ਸੀ ਜਿਹੜੇ ਸਿਸਟਮ ਸਾਰੀਆਂ ਟਰਗੇਮੈਂਟ ਸਪਾਰ ਹੋਟਲ ਜਸਵੀਰ ਤੁਸੀਂ ਆਪਣੇ ਹਸਬੰਡ ਪੁੱਛਿਆ ਸੀ ਕਿ ਤੁਹਾਡਾ ਵੀਜ਼ਾ ਰਿਫਿਊਜ ਹੋ ਗਿਆ ਹਾਂਜੀ ਸਰ ਜੀ ਤਾਂ ਫਰਸਟ ਵਾਰ ਰਿਫਿਊਜ਼ਲ ਹੋਇਆ ਨਾ ਇਹਨਾਂ ਤੇ ਕੋਲ ਸਰ ਉਹਨਾਂ ਦੀ ਗੱਲ ਨਹੀਂ ਮੈਨਾਂ ਕੋਈ ਨਹੀਂ ਮਸਲ ਨਹੀਂ ਹੋਇਆ ਇਹਨਾਂ ਨੂੰ ਤੁਸੀਂ ਉਸ ਤੋਂ ਬਾਅਦ ਇਹਨਾਂ ਦਾ ਮਤਲਬ ਬਲੌਕ ਕਰਤੇ ਇਹਨਾਂ ਨੂੰ ਗੱਲ ਨਹੀਂ ਕੀਤੀ ਨਹੀਂ ਬਿਲਕੁਲ ਨਹੀਂ ਅੱਜ ਤੱਕ ਮੈਂ ਇਹਨਾਂ ਨੂੰ ਕਦੇ ਬਲੌਕ ਨਹੀਂ ਕੀਤਾ ਇਹਨਾਂ ਨੇ ਮੈਨੂੰ ਦੋ ਤਿੰਨ ਵਾਰੀ ਬਲੌਕ ਕੀਤਾ ਮੈਂ ਇਹਨਾਂ ਨੂੰ ਕਦੇ ਨਹੀਂ ਕੀਤਾ ਜਿਹੜਾ ਸਰ ਗੱਲ ਨਹੀਂ ਕਰਦੇ ਸਰ ਮੈਂ ਨਹੀਂ ਕਰਦਾ ਮੈਂ ਤੁਹਾਨੂੰ ਉੱਥੋਂ ਸੈਂਡ ਕਰ ਸਕਦੀ ਆ ਜਿਹੜਾ ਪੇਪਰ ਮੰਗੂਗੇ ਮੈਂ ਤੁਹਾਨੂੰ ਉਹ ਸੈਂਡ ਕਰ ਸਕਦੀ ਜਿੱਥੋਂ ਮਰਜ਼ੀ ਜੋ ਮਰਜ਼ੀ ਤੁਸੀਂ ਮੰਗ ਲਓ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਜਦੋਂ ਤੱਕ ਨਹੀਂ ਤੁਸੀਂ ਇਹਨਾਂ ਨੂੰ ਹੁਣ ਗੱਲ ਕਰਦੇ ਹੋ ਜਸਵੀਰ ਕਿੰਨਾ ਸਮਾਂ ਗੱਲ ਕੀਤੀ ਨੂੰ ਇਹਨਾਂ ਨਾਲ ਸਰ ਹੁਣ ਨਹੀਂ ਮੈਂ ਗੱਲ ਕਰਦੀ ਹੈਗੀ ਕਿਉਂਕਿ ਇਹਨਾਂ ਨੇ ਮੇਰੀ ਮੰਮੀ ਡੈਡੀ ਨੂੰ ਬਦਨਾਮ ਕੀਤਾ ਸਾਨੂੰ ਬਦਨਾਮ ਕੀਤਾ ਸਰ ਬਦਨਾਮ ਕੀਤਾ ਸਰ ਜੇਲ੍ਹ ਦੇ ਬੱਚਿਆਂ ਦੀ ਗੱਲ ਕੀਤੀ ਸਰ ਸਾਰੀ ਇਹਨਾਂ ਦੇ ਮਾਮਾ ਜੀ ਹੀ ਘਰੇ ਸਰ ਆਪਣੇ ਬੈਠ ਕੇ ਗੱਲ ਸਰ ਹੋਈ ਹੈ ਸਾਰੀ ਮੇਰੇ ਡੈਡੀ ਜੀ ਤੇ ਮੰਮੀ ਜੀ ਵੀ ਇਹਨਾਂ ਦੇ ਡੈਡੀ ਮੰਮੀ ਵੀ ਜਾ ਕੇ ਪੁੱਛ ਸਕਦੇ ਜੀ ਸਰ ਬੈਠ ਕੇ ਓਕੇ ਹੁਣ ਨੰਬਰ 4 ਕਾਲਰ ਅਸ਼ਦੀਪ ਲਾਈਨ ਤੇ ਹੋ ਨੰਬਰ 5 ਕਾਲਰ ਹਾਂਜੀ ਹੈਲੋ ਜੀ ਅਸ਼ਦੀਪ ਲਾਈਨ ਤੇ ਹੋ ਹਾਂਜੀ ਭਾਜੀ ਮੈਂ ਗੱਲ ਕਰ ਸਕਦਾ ਜੀ ਜਸਪਾਲ ਜੀ ਨਾਲ ਗਰ ਜੀ ਗੱਲ ਕਰੋ ਗੱਲ ਹਾਂਜੀ ਜਸਪਾਲ ਭਾਈ ਪਹਿਲੀ ਗੱਲ ਤਾਂ ਇਹ ਕਿ ਆਪਾਂ ਨਾ ਇੱਕ ਆ ਗੱਲ ਕਹਿਣੀ ਛੱਡ ਦਈਏ ਅਸੀਂ ਹੋਰ ਵੀ ਕਾਲਰ ਸੁਣਦੇ ਆ ਜਿਹੜੇ ਆ ਕੇ ਕਹਿੰਦੇ ਜੀ ਅਸੀਂ ਅੰਮ੍ਰਿਤ ਛਕਿਆ ਮੈਂ ਝੂਠ ਨਹੀਂ ਬੋਲਦਾ ਸੱਚ ਨਹੀਂ ਬੋਲਦਾ ਜੇ ਆਪਾਂ ਗੁਰਮਤ ਮਰਿਆਦਾ ਦੀ ਗੱਲ ਕਰੀਏ ਮੇਰਾ ਵੀਰ ਫਿਰ ਤਾਂ ਆਪਾਂ ਜਿਹੜੇ ਹਿਸਾਬ ਨਾਲ ਕੁੜੀ ਨੂੰ ਬਦਨਾਮ ਕਰ ਰਹੇ ਆ ਇਹ ਤਾਂ ਫਿਰ ਗੁਰਮਤ ਮਰਿਆਦਾ ਚਾਹੁੰਦੇ ਨਹੀਂ ਜਿਵੇਂ ਸੁਖੀ ਸਾਹਿਬ ਨੇ ਕਿਹਾ ਕਿ ਕੁੜੀ ਨੇ ਅਸੀਂ ਬਾਅਦ ਵਿੱਚ ਜਿਹੜਾ ਮਾੜਾ ਮੁੱਦਾ ਬਣਦਾ ਵੀ ਸੀ ਉਹ ਵੀ ਅਗਲੀ ਨੇ ਮਨਾ ਕਰ ਦੇਣਾ ਦੂਜੀ ਗੱਲ ਬਈ ਇਹ ਕਿ ਤੁਸੀਂ ਜਦੋਂ ਵਿਆਹ ਕਰਾਉਣਾ ਸੀਗਾ ਆਪਾਂ ਆਪਣੀ ਜ਼ਿੰਦਗੀ ਸੈਟਲ ਕਰਨ ਵਾਸਤੇ ਆਪਣੀ ਲਾਈਕ ਅਹੈਡ ਮੂਵ ਕਰਨ ਵਾਸਤੇ ਆਪਾਂ ਵਿਆਹ ਕਰਾਉਂਦੇ ਹਾਂ ਨਾ ਜਸਟ ਫੋਰ ਕਿ ਜੇ ਤੁਹਾਡਾ ਇੱਕ ਇੱਕ ਟੀਚਾ ਹੈ ਕਿ ਮੈਂ ਵਿਆਹ ਕਰਾ ਕੇ ਬਾਹਰ ਜਾਣਾ ਹੈ ਜਸਟ ਫੋਰ ਵੀਜ਼ਾ ਪਰਪਸ ਤਾਂ ਮੇਰੀ ਸਲਾਹ ਬਰੋ ਆਪਦੇ ਲਾਈਕ ਕੁੜੀ ਨੂੰ ਮਨਾ ਲਾ ਐਂਡ ਸ਼ੀ ਵੀ ਓਕੇ ਤੇ ਤੇਰੀ ਤੇਰੇ ਆਸ ਬਹੁਤ ਵਧੀਆ ਹੋਈ ਪੋਸਟ ਕਰ ਦੇ ਪਲੀਜ਼ ਸਰ ਕੱਲਾ ਇਹਨਾਂ ਨੇ ਮੈਨੂੰ ਹੀ ਨਹੀਂ ਮੇਰੇ ਗੁਰੂ ਤੇ ਵੀ ਉਂਗਲੀ ਚੱਕੀ ਆ ਕਿ ਮੇਰੇ ਮੰਮੀ ਦਾ ਕਿਹੜਾ ਗੁਰੂ ਮੈਂ ਕਿਸੇ ਗੁਰੂ ਮੈਂ ਕਿਹਨਾਂ ਦਾ ਬਾਹਰ ਜਾ ਕੇ ਅਮਰਤ ਹੀ ਸ਼ਾਹ ਸਰ ਨਾਮ ਨੇ ਕਿਸੇ ਨੇ ਇਦਾਂ ਗੱਲ ਕਹੀ ਆ ਸਰ ਤੇ ਨਾਮ ਨੇ ਕਹਿਣਾ ਸਰ ਮੇਰੀ ਗੱਲ ਪੂਰੀ ਵੀ ਨਹੀਂ ਹੋਈ ਮੇਰੇ ਕੋਲ ਪੜੀ ਹੋਣੀ ਇਹਨਾਂ ਦੇ ਘਰੇ ਗਿਆ ਸੀ ਸਰ ਇਹਨਾਂ ਨੇ ਕਹਿੰਦੇ ਵੀ ਕੁੜੀ ਦਾ ਮਤਲਬ ਉਮਰ 25 ਸੱਖ ਚਾਹੀਦਾ ਸਰ ਭਾਈ ਇਹ ਜ਼ਰੂਰੀ ਨਹੀਂ ਹੈ ਕਿ ਜੇ ਕੋਈ ਅਮਰਤ ਸਾਹਿਬ ਬਾਣੇ ਚ ਨਹੀਂ ਹੈਗਾ ਤਾਂ ਉਹ ਬੰਦਾ ਝੂਠ ਬੋਲਦਾ ਤੇ ਉਹ ਸੱਚ ਬੋਲਦਾ ਇੱਥੇ ਅਮਰਤ ਸਾਹਿਬ ਬਾਕੀ ਸਾਹਿਬ ਦੇ ਬਹੁਤ ਸਟੋਰੀ ਆਉਂਦੀ ਹੈ ਉਹ ਵੀ ਕਹਿ ਦਿੰਦੇ ਜੀ ਅਸੀਂ ਡੇਲੀ ਗੁਰਦੁਆਰੇ ਜਾਂਦੇ ਆ ਅਸੀਂ ਅਮਰਤ ਸਾਹਿਬ ਆ ਤੇ ਸਭ ਤੋਂ ਵੱਧ ਝੂਠ ਬੋਲ ਰਹੇ ਆ ਤੋ ਮੇਰੀ ਕਿਸੇ ਹੱਲ ਪੁਆਇੰਟ ਨਹੀਂ ਹੈ ਮਤਲਬ ਆਈ ਐਮ ਨਾਟ ਸੇਇੰਗ ਟੂ ਏਵਰੀਵਨ ਜਸਟ ਕਿ ਇਹ ਸੀ ਨੂੰ ਆਪਾਂ ਛੱਡੀਏ ਥੋੜਾ ਥੈਂਕ ਯੂ ਸੋ ਮਚ ਨੈਕਸਟ ਕਾਲ ਪਲੀਜ਼ ਨੰਬਰ 4 ਕਾਲਰ ਤਪਸੀ ਦਾ ਬਸਤਾ ਜੀ ਤਪਸੀ ਦਾ ਬਸਤਾ ਜੀ ਜੀ ਜਹਾਜ਼ ਲੈ ਕੇ ਸਿੱਧਾ ਆ ਜਾਏ ਤੇਰੇ ਕੋਲ ਤੈਨੂੰ ਲੈਣ ਉਹ ਗੱਲ ਨੀ ਕਰ ਰਿਹਾ ਸਰ ਮੈਂ ਕਿਹੜਾ ਕਹਿ ਰਿਹਾ ਸਰ ਜਹਾਜ਼ ਜਦੋਂ ਬਣਨਾ ਸਰ ਉਦੋਂ ਬਣਨਾ ਮੈਂ ਇਹ ਗੱਲ ਕਹੀ ਨੀ ਹੈ ਜੀ
सर परिवार ने भी गल कर अड़ गया सर यहाँ मेरे गल होगी सर गांव मतलब जे मतलब मेरी वाइफ आ गल होगी मतलब सारा सारे प्रूफ मांग रहे सर प्रूफ मेरे को है तो कि होगा सर तुम दस दो जसपाल माफी चाहते हैं पर मैनू यह लगता कि तुहाडा कसूर भी बस उवें जी निकल जाना जिवें एम एल ए साहब वाले केस दे विच गुरी गरेवाल ने किया कि बिना गल दी एवें झज्जू जा पा लिया निबड़ना ना बड़ा कुछ नहीं बाद चो तुहानू पछतावा होना भी मैं कानू ऐ कीता पेपर पाए नहीं वीजा लगा सर मैं कहड़ा तू आप मुकर रहे हैं भी नहीं लग मेरा वीजा नहीं लगा सर तीन बारी पेपर पे फिर रौला केड़ी गल दा सर गल घर घर देना ना गल भी नहीं कर रहा किसी ना सर ना मतलब मेरे उधर सदम वाले मिल रहे मेरे ना सर कोई भी नहीं मिल रहा फिर जी बदनाम करता जो हम मेरा पास मेरे गल ही नहीं कर रहा कोई कुछ नहीं तो सर सलाह लेनी है जी सर इन्हों पुछो कि इन्होंने मैं किदन फोन किया गल कर उदो फोन किया मैं सर भी पेपर तेरे लगे हुए आ किदा मैं सर हजे मीटिंग दे विच आ सारा कुछ उदन मैं इन्हों पुछ लो भला इन्होंने मैंने कॉल लाई थी उदू बाद कॉल नहीं लाई सर इन्हों मैं तीसरी बारी जो पेपर पाए ता भी इन्हों मैं दो तीन बारी फोन करके जवाब आया मामे मम्मी उन्होंने गल जिदन बैठे थी सारे परिवार के बच्चे गल दसी थी आज गल हुई है मम्मी उन्होंने भी दसी थानू ओके मेरी हुण तेरा हुण इक्को फर्ज बनता है पहले कुड़ी तो माफी मंग कल जाके अपने सस सोरे मामे सोरे तो माफी मांग बस मुंडा कहना परिवारक तौर पर पचायत सी परिवारक तौर पर कि पचायत होंगी खालसा जी समझो थोड़ा जा दुनिया 2022 चलना पिया समाज बदल रहा अपन भी थोड़ा जा बदलना पैना मैं कमर्शियल मिस्टर राज लाइन 30 सेकंड ने थोड़े वास्ते हां जी सत श्री अकाल साहब बस साहब मेरा एक ही क्वेश्चन है मुंडे नु इन्हें पहली बार पंचायत क्यों इकट्ठी की I don't know. Why are you asking me? नहीं नहीं मुंडे नु पूछ रहे हैं जी मुंडे मुंडा अज बोलो बेटा तुसी पंचायत पहली बार तेरे की लोड सी इन्ना खौरूप करन दी खौरूप जड़ पाया सी सर सिर्फ अपने एक जसवीर कौर दे मम्मी डैडी आए सीगे सर पुछ लो उनू भला और कोई दूजा पंचायत मेंबर नहीं सीगा परिवारक तौर ते साडे घरे आए सीगे सारी गल दसी सीगी पर तुसी पंचायत तुसी पंचायत कैसे आ गए कारण की सी कारण की सर उदो गल मतलब ये भी गुस्से च मैंने बोली थी सर मैं भी बोलिया सीगा ये भी बोली आपां नूं भाई ओ तां फिर तां तुसीं अपनी बैड बुड तक दी भी गल दस दिया करो मां प्यो नूं फिर तां इन्नी गल तां जे इन्नी कु गल भी तुसीं मां प्यो तक पहुंचाण लग गए फिर नहीं तुहाडा रिश्ता निभदा भी मैनूं इह लगदा बासी साहब कि जिहड़े न्याणे आलस करके कुड़ियां इत्थे भेजदे ने ना उहनां नूं एंगर मैनेजमेंट दा इक कोर्स 2 महीने दा शायद हुंदा 2 महीनां दा ही हुंदा उह जरूर कर लैणा चाहीदा क्योंकि ठीक है बालियां नहीं मनिया मतलब कि सुनी दी होंगी किसी भी आपकी भी सैल्फ अस्टीम सैल्फ रिस्पैक्ट न तरजीह देनी चाहिए है पर तुम ना निकी निकी गल से गुस्सा कर जाने खालसा जी तुम तो बकायदा ही अज ना ए करी जाने कुड़ी ने मेरी टॉफी खोली सी फिर मैं रैप दी ओ चीची ते छल्ला बना के पाउणा सी किहड़ियां गल्लां च पिया यार तुसीं मैं किहड़े मुंह नाल गल करां इहनां दे नाल जां ते मेरे नाल हसबैंड दी तरह गल करन है ना जी हां वी मेरा हसबैंड है तू जिहड़ी भी प्रॉब्लम आ तू मैनूं दस सारी गल सही गल तुहानूं इहदे तों गुड्डी की कंप्लेंट आ फिर झूठियां बोलू सारी गल सही हुंदी सी ना अपनी किद्दां मैं कहा अपनी गल सारी सही हुंदी सी कि नहीं हुंदी सी कि तुसीं दस्सिओ जरा एक महीना ब्याह तो बाद जो देखेंगे एक महीना सारी सारी झूठ ना बोलो सारी गल सही हुंदी सी कि जदन गल लगा पेपर वीजा नहीं लगा सी ना उदू बाद तुसी मैनूं इदां बोले भी पेपर पास ते लगना लगे जो इही गल होई सी ना तो मैं मम्मी उन्होंने दस्या मम्मी उन्होंने सदम वाले मम्मी डैडी साहब इही गल है ना बाद चो पापा जी उन्होंने इकट्ठे होए सारे जाने
नहीं एक मिनट जो मैं पहली बार पेपर पाया उदो मैं तुम्हें इदा क्या उदो ने मैं तुम्हें क्या ही नहीं उदो पेपर भी नहीं लगा तुम्हें क्या दूसरी बार क्या साल आके देखो आप लाया उदा ही तीजी बार तुम्हें बाद स्टेटमेंट मैं सारी की या नहीं की दस दो जो तुम कोई लड़ सी मैं खड़ा खड़ता सी या नहीं खड़ता जी तेरी दस इना दस दो फिर की जगह दस दो जे मैं तेरे नहीं खड़ा दसो ना मैं जस फीसा वाली गल छके ना होर तुम वार्निंग प्लीज कम टू बाइक प्लीज जी बस सब बोल रहे हैं जी मैं जी ਇਹ ਸਟੋਰੀ ਅਸੀਂ ਇੱਥੇ ਪੌਜ਼ ਕਰਦੇ ਹਾਂ ਔਰ ਹੋ ਸਕਦਾ ਕਿ ਅਗਲੇ ਹਫ਼ਤੇ ਅਸੀਂ ਇਸ ਸਟੋਰੀ ਨੂੰ ਫਿਰ ਲੈ ਕੇ ਆਈਏ ਕਿਉਂਕਿ ਪੁਲਿਸ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਔਰ ਕੀ ਉਹਨਾਂ ਨੇ ਚਾਰਜਸ ਲੇਟ ਕੀਤੇ ਜਾਂ ਨਹੀਂ ਕੀਤੇ ਕਿਉਂਕਿ ਅਸੀਂ ਗੱਲਬਾਤ ਜਿਹੜੀ ਅਸੀਂ ਅੱਗੇ ਚਾਹੁੰਦੇ ਹਾਂ ਹੈਵ ਏ ਹੈਪੀ ਵੀਕਐਂਡ ਔਰ ਮੌਸਮ ਬੜਾ ਗਰਮ ਹੈ ਤੇ ਸਟੋਰੀ ਬੜੀ ਗਰਮ ਹੈ ਸੋ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ ਔਰ ਧੰਨਵਾਦ ਹੈਵ ਏ ਹੈਪੀ ਵੀਕਐਂਡ